हाँ जी संत जी, देखो सेवा शुरू हो गई है, संगत सेवा कर रही हैं। सरोवर तो बाल्टियां पानी दियाँ भर के पानी डोलना, नाल बीबिया भाइया ने झड़ना सेवा करनी है। लगभग 15-20 पिंड तो संगत आई इतने। मुड़े सेवा कर रहे हैं, बहुत ही फर्क चलाई जा रही है। मुड़े चाह सेवा होंगी ये गुरद्वारा साहब का दीवान हाल है, बहुत सुंदर दीवान सजते हैं इतने। ये दीवान हाल भी काफ़ी बड़ा है। ये साढ़े अपने निष्काम चिप जिते तबला मास्टर हैं, बहुत ही सुंदर मुलियांवाल पिंड इन्होंने बड़ी सेवा करते हैं। ਇਹ ਸਾਡਾ ਸਤਿਕਾਰ ਦੇ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਸੇਵਾ ਐਤਵਾਰ ਹੁੰਦੀ ਹੈ ਜੀ? ਸੇਵਾ ਐਤਵਾਰ ਹੁੰਦੀ, ਸੇਵਾ ਐਤਵਾਰ ਤੇ ਪਾਕਿਸਤਾਨ ਤਾਂ ਕਹਿੰਦੇ ਆ ਜੀ ਉਹ ਸੇਵਾ ਦੇ ਵੀ ਰਿਕਾਰਡਿੰਗ ਕਰਾ ਇਸ ਕਰਕੇ ਕਰ ਰਹੇ ਹਾਂ। ਦੀਵਾਨ ਹਾਲ ਸਾਫ ਹੋ ਗਿਆ ਹੈ, ਮੇਰੀ ਬਣਾ ਮੜੀ ਮੇਰੀ ਬਣਾ Thank you.
ये साढ़े क्रिकेटर ने ते हर यात्रा सेवा करते हैं। हाँ जी भाई साहब जी, अज तो मैच है? नहीं अज है नहीं, अज मेरा पेपर है पंजाब पुलिस का। हाँ जी हर यात्रा करते हैं। हाँ जी वीर जी रोज करी मजा आता। हाँ जी सेवा बहुत वधिया, बहुत आनंद आउंदा इत्थे। चढ़दी कला बहुत वधिया चढ़दी। हांजी संगत बहुत ज्यादा। लगभग किन्ने पिंडां तों? घट्टो घट इत्थों दे मेरे ख्याल 25-30 पिंडां दी संगत आउंदी होणी इत्थे वध तों वध। हांजी हांजी ਸੰਗਤਾਂ ਸੇਵਾ ਦੇ ਨਾਲ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਹਨ। ਬੜੇ ਪਿਆਰ ਨਾਲ ਸੇਵਾ ਹੁੰਦੀ ਹੈ ਇੱਥੇ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਭਾਈ ਸਾਹਿਬ ਜੀ ਸੇਵਾ ਕਰਦੇ ਜੀ? ਸੇਵਾ ਕਰ ਰਹੇ ਧੰਨ ਧੰਨ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਸ਼ਹੀਦ ਸਰਦਾਰ ਜੀ ਧਾਰਮਿਕ ਸਥਾਨ 'ਤੇ ਸੰਗਤਾਂ ਦੂਰੋਂ ਦੂਰਾਂ ਕੇ ਸੰਗਤ ਸੇਵਾ ਕਰਦੀਆਂ ਨੇ। ਬੜੀ ਪਾਰ ਬੜੀ ਬਖਸ਼ਿਸ਼ ਹੈ ਗੁਰੂ ਮਹਾਰਾਜ ਦੀ ਸੰਗਤਾਂ ਦੇ। ਬੜੀ ਨਿਸ਼ਚਾ ਨਾਲ ਜਿਹੜੀ ਐਤਵਾਰ ਦੇ ਐਤਵਾਰ ਸੇਵਾ ਕਰਦੇ ਨੇ ਔਰ ਬੜਾ ਉਤਸ਼ਾਹ ਹੁੰਦਾ ਸੰਗਤਾਂ ਦੇ ਵਿੱਚ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੇਰਾ ਕਮਲਜੀਤ ਸਿੰਘ ਜੀ ਅਹਿਮਦਾਬਾਦ। ਇਹ ਸਾਡੇ ਪਟਵਾਰੀ ਸਾਹਿਬ ਜੀ ਸਹਾਰੀ ਪਿੰਡ ਤੋਂ ਹੁਣ ਧਾਰੀਆ ਰਹਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਗੁਰੂ ਮਹਾਰਾਜ ਜੀ ਕਿਰਪਾ ਸਦਕਾ ਸਾਰੀਆਂ ਸੰਗਤਾਂ ਸੇਵਾ ਕਰ ਰਹੀਆਂ। ਐਤਵਾਰ ਹਰ ਐਤਵਾਰ ਜਿਹੜਾ ਸਵੇਰੇ ਉਹ ਸੇਵਾ ਕਰਦੇ, ਐਤਵਾਰ ਅਤੇ ਵੀਰਵਾਰ ਚੱਲਦਾ, ਐਤਵਾਰ ਦਿਨ ਐਸਵਾਰ ਚੱਲਦਾ। ਗੁਰੂ ਮਹਾਰਾਜ ਜੀ ਅਪਾਰ ਕਿਰਪਾ ਹੋਇਆ, ਸਾਰੀਆਂ ਸੰਗਤਾਂ ਜੀ ਰਲ ਮਿਲ ਕੇ ਸੇਵਾ ਇੱਥੇ ਹਿੱਸਾ ਪਾ ਰਹੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰੋਜ਼ ਦੱਸੋ ਆਪਣਾ ਗੁਰਦੁਆਰਾ ਸਾਹਿਬ 'ਚ ਕਿਸ ਤਰ੍ਹਾਂ ਮਤਲਬ ਕੀਰਤਨ ਕਥਾ ਦੇ ਬਾਰੇ ਦੱਸੋ ਕੁਝ। ਹਾਂ ਸਵੇਰੇ ਪ੍ਰਕਾਸ਼ ਜਿਹੜਾ ਵਾ 3:30 ਹੋ ਜਾਂਦਾ ਵਾ ਇੱਥੇ ਪੁਰ ਸਾਹਿਬ, ਅਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਉਸ ਵੇਲੇ ਤੋਂ ਹੀ ਸ਼ੁਰੂ ਮਤਲਬ ਹੋ ਜਾਂਦੀ ਹੈ ਇੱਥੇ ਆਉਣੀਆਂ। ਅਤੇ ਬਹੁਤ ਹੀ ਅਪਾਰ ਕਿਰਪਾ ਮਹਾਰਾਜ ਦੀ, ਮਹਾਰਾਜ ਜਿਹੜਾ ਵਾ ਕਿਰਪਾ ਕਰਕੇ ਸਾਰੀਆਂ ਸੰਗਤਾਂ ਕੋਈ ਸੇਵਾ ਆਪ ਹੀ ਲੈਂਦੇ ਹਨ। ਅਤੇ ਰੋਜ਼ ਕਥਾ ਕੀਰਤਨ
ਇੱਥੇ ਪ੍ਰਵਾਹ ਚੱਲਦੇ ਹਨ। ਭਾਈ ਜਸਵਿੰਦਰ ਸਿੰਘ ਜੀ ਬਹੁਤ ਹੀ ਰਸ ਭਿੰਨੇ ਕੀਰਤਨ ਨਾਲ ਇੱਥੇ ਕੀਰਤਨ ਦੀ ਸੇਵਾ ਕਰਦੇ ਹਨ। ਹੋਰ ਸਾਰੀਆਂ ਸੰਗਤਾਂ ਬਹੁਤ ਜ਼ਿਆਦਾ ਵੱਧ ਚੜ੍ਹ ਕੇ ਸੇਵਾ ਵਿੱਚ ਹਿੱਸਾ ਲੈਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੇਵਾ ਅਸੀਂ ਲੇਲ ਤੋਂ, ਪਿੰਡ ਲੇਲ ਸਾਡਾ, ਅਸੀਂ ਡੇਲੀ ਹੀ ਐਤਵਾਰ ਦੇ ਐਤਵਾਰ ਸੇਵਾ ਕਰਨ ਆਉਂਦੇ ਹਾਂ। ਇੱਥੇ ਹਰ ਬਹੁਤ ਵਧੀਆ ਤਰੀਕੇ ਨਾਲ ਆਰੰਭ ਕੀਤੀ ਜਾਂਦੀ ਹੈ ਸੇਵਾ। ਲੰਗਰ ਹਾਲ ਦੀ ਸੇਵਾ ਹੋ ਰਹੀ ਹੈ ਜੀ, ਨਾਲ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਹਾਂਜੀ ਕਿਰਨਪ੍ਰੀਤ ਕੌਰ, ਕਿਰਨਪ੍ਰੀਤ ਕੌਰ। ਵਧੀਆ ਕਰਨੀ ਚਾਹੀਦੀ ਆ, ਰੱਬ ਦੇ ਨਾਲ ਜੁੜੇ ਰਹਿੰਦੇ ਅਸੀਂ। ਹਾਂਜੀ ਮੈਂ ਸੋਹਲ ਤੋਂ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾ ਰੇਸ਼ਮ ਸਿੰਘ, ਹਾਂਜੀ ਧਾਰੀਵਾਲ ਤੋਂ ਸੇਵਾ ਕਰਨ ਆਏ ਹਾਂ ਬਾਬਾ ਜੀ ਦੀ। ਹਾਂਜੀ ਹਾਂਜੀ, ਹਰ ਸੰਡੇ ਆਈਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਭਾਈ ਸਾਹਿਬ ਜੀ, ਗੁਰਦੁਆਰਾ ਸਾਹਿਬ ਉਹਨਾਂ ਨੇ ਬੜੀ ਸੇਵਾ ਕੀਤੀ ਗ੍ਰੰਥ ਸਿੰਘ ਦੀ, ਹੋਰ ਤਬਲਾ ਮਾਸਟਰ ਦੀ, ਕੀਰਤਨ ਦੀ। ਹੁਣ ਇਹ ਭਾਈ ਸਾਹਿਬ ਜੀ ਸਰਕਾਰੀ ਮੰਤਰੀ ਕਰਦੇ ਹਨ ਅਤੇ ਸੇਵਾ ਕਰਦੇ ਹਨ, ਕੁਝ ਦੱਸੋ ਸੇਵਾ ਬਾਰੇ ਅਤੇ ਆਪਣੇ ਬਾਰੇ। ਸੇਵਾ ਬਾਰੇ, ਮੈਂ ਜਦੋਂ ਤੋਂ ਹੋਸ਼ ਸੰਭਾਲੀ ਮੈਂ ਤਾਂ ਉਦੋਂ ਗੁਰੂ ਸਾਹਿਬ ਦੇ ਇੱਥੇ ਸੇਵਾ ਕਰਨ ਆਉਂਦਾ ਗੁਰਦੁਆਰਾ ਬੁੱਧ ਸਾਹਿਬ ਵਿਖੇ, ਅਤੇ ਮੈਨੂੰ ਜੋ ਕੁਝ ਵੀ ਮਿਲਿਆ ਬਸ ਗੁਰੂ ਸਾਹਿਬ ਦੀ ਇੱਥੇ ਸੇਵਾ ਕਰਨ ਤੋਂ ਸਭ ਕੁਝ ਮਿਲਿਆ। ਸੇਵਾ ਕਰਨਾ ਬਹੁਤ ਵਧੀਆ ਇੱਥੇ ਲੱਗਦਾ ਹੈ, ਬਹੁਤ ਸੰਗਤਾਂ ਲਾਗੋ ਲਾਗੋ ਸਾਰੇ ਪਿੰਡਾਂ ਤੋਂ ਬਹੁਤ ਸੇਵਾ, ਐਤਵਾਰ ਵੀਰਵਾਰ ਸ਼ਾਮ ਨੂੰ ਵੀ ਸੇਵਾ ਹੁੰਦੀ ਹੈ, ਵੀਰਵਾਰ ਸ਼ਾਮ ਨੂੰ 6 ਵਜੇ ਹਾਜ਼ਰੀ ਭਰੀ ਦੀ ਹੈ, ਐਤਵਾਰ ਸਵੇਰੇ ਇਸ ਵੇਲੇ ਵੀ ਹਾਜ਼ਰੀ ਭਰੀ ਦੀ ਹੈ, ਬਹੁਤ ਮਨ ਖੁਸ਼ ਹੁੰਦਾ ਸੇਵਾ ਕਰਕੇ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਆਪਣੇ ਛੋਟੇ ਭਾਅ ਜੀ, ਭਾਈ ਗੁਰਜਿੰਦਰ ਸਿੰਘ, ਨਿਸ਼ਕਾਮ ਕੀਰਤਨ ਜਿੱਥੇ ਦੇ ਬੜੇ ਵਧੀਆ ਕੀਰਤਨੀ ਹੈ। ਹੁਣ ਉਹ ਅਮੈਰੀਕਾ ਗਏ ਨਾ, ਕੈਨੇਡਾ ਗਏ, ਹਾਂ ਉਹਨਾਂ ਬਾਰੇ ਦੱਸੋ ਉਸ ਤਰ੍ਹਾਂ, ਉਹਨਾਂ ਦਾ ਹਾਲ ਚਾਲ ਕਿਸ ਤਰ੍ਹਾਂ? ਠੀਕ ਠਾਕ ਨੇ, ਬਹੁਤ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ 'ਤੇ ਵੀ, PR ਹੋ ਗਈ ਆ ਉਹਨਾਂ ਦੀ ਵੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ, ਸਾਨੂੰ ਦੋਵੇਂ ਭਰਾਵਾਂ ਨੂੰ ਉਹਨਾਂ ਨੇ ਬਹੁਤ ਵਧੀਆ ਮਤਲਬ ਸੈੱਟ ਕੀਤਾ ਹੈ, ਦੋਵਾਂ ਨੇ ਰੁਜ਼ਗਾਰ ਦਿੱਤਾ ਦੋਵਾਂ ਭਰਾਵਾਂ ਨੂੰ, ਗੁਰੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ। ਸਭ ਕੁਝ ਗੁਰੂ ਸਾਹਿਬ ਦੀ ਸੇਵਾ ਕਰਨ ਨਾਲ ਹੀ ਮਿਲਿਆ ਜੀ। ਹਾਂਜੀ ਭਾਅ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡਾ ਨਾਂ ਕੀ ਹੈ ਜੀ? ਅਭਿਜੀਤ ਸਿੰਘ। ਤੇ ਸੇਵਾ ਹਰ ਤਰ੍ਹਾਂ ਦੇ ਸੇਵਾ ਕਰਦੇ? ਹਾਂਜੀ। ਕੀ ਕਰ ਕੇ ਸੇਵਾ ਕਰਦੇ ਹੋ? ਪਾਣੀ ਫੜਾਉਂਦੇ ਜਾਂ ਪਾਣੀ ਲੈ ਕੇ ਜਾਂਦੇ ਜਾਂ ਝਾੜੂ? ਫੜਾਉਂਦੇ। ਠੀਕ, ਫੜਾਉਂਦੇ ਵੀ ਤੇ ਲੈ ਕੇ ਜਾਂਦੇ? ਹਾਂ ਭਾਈ ਸਾਹਿਬ ਬੜੇ ਉਤਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂ ਜੀ ਦੱਸੋ ਜੀ ਆਪਣਾ ਤੁਹਾਡਾ ਨਾਮ ਸਿਮਰਨਜੀਤ ਸਿੰਘ ਲਾਗੇ ਮਾਈਕ ਕਰੋ ਆਪਣੇ ਕੀ ਸੇਵਾ ਕਰਦੇ ਹੋ ਇੱਥੇ ਫਰਾਨ ਦੀ ਵੀ ਅਤੇ ਭਰਨ ਦੀ ਵੀ ਕਿਸ ਤਰ੍ਹਾਂ ਭਰਦੇ ਦੱਸੋ ਸਰੋਵਰ ਚੋਂ ਚਲੋ ਭਰੋ ਫਿਰ ਇਹ ਮੁੰਡਾ ਦੱਸੇਗਾ ਕਿਸ ਤਰ੍ਹਾਂ ਬਾਲਟੀ ਭਰਦੇ ਨੇ ਫੜੋ ਬਾਲਟੀ ਹਾਂਜੀ ਹਾਂਜੀ ਬਾਲਟੀ ਭਰੀ ਦੂਸਰੇ ਨੇ ਫੜਾਈ ਆ ਅਤੇ ਉਹ ਸੰਗਤਾਂ ਲੈ ਕੇ ਜਾ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਬੇਟੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਭਾਅ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਮਹਾਰਾਜ ਦਾ ਸਥਾਨ ਆ ਇੱਥੇ ਬਹੁਤ ਹੀ ਲੋਕ ਸ਼ਰਧਾ ਭਾਵਨਾ ਨਾਲ ਆਉਂਦੇ ਸੇਵਾ ਕਰਦੇ ਜੋ ਮੂੰਹ ਮੰਗਦੇ ਉਹ ਮਿਲਦਾ ਵਾਹਿਗੁਰੂ ਦੇ ਘਰੋਂ ਗੁਰੂ ਰਾਖਾ ਚੈਨਲ ਮੁੰਡਾ ਪੁੱਛ ਰਿਹਾ ਚੈਨਲ ਕਿਹੜਾ ਗੁਰੂ ਰਾਖਾ ਚੈਨਲ ਸੇਵਾ ਲਗਭਗ ਹੋ ਹੀ ਗਈ ਹੈ ਬਸ ਆਹ ਲਾਸਟ ਸਾਈਡ ਰਹਿ ਗਈ ਇੱਕ ਹਾਂਜੀ ਇੱਕ ਕਾਕਾ ਇਸ਼ਨਾਨ ਕਰ ਲਵਾਂਗਾ ਹਾਂਜੀ ਜਿਗਰਜੀਤ ਸਿੰਘ ਜਿਗਰਜੀਤ ਸਿੰਘ ਸੇਵਾ ਕੀਤੀ ਹਾਂਜੀ ਪਾਣੀ ਦੀ ਕਿਹਾਂ ਕਰੀ ਪਾਣੀ ਦੀ ਬਾਲਟੀ ਭਰੀ ਕਿਹਾਂ ਲੈ ਕੇ ਗਏ ਇਸ਼ਨਾਨ ਕਰਨ ਲੱਗੇ ਹਾਂਜੀ ਚਲੋ ਠੀਕ ਹੁਣ ਸੇਵਾ ਹੋ ਗਈ ਹੈ ਸੇਵਾ ਤੋਂ ਬਾਅਦ 'ਚ ਸ਼ਬਦ ਚੌਂਕੀ ਹੋਣੀ ਹੈ ਸੰਗਤਾਂ ਸੌ ਸਾਹਮਣੇ ਦੇਖੋ ਸੰਗਤਾਂ ਤਿਆਰ ਹੋ ਗਈਆਂ ਸ਼ਬਦ ਚੌਂਕੀ ਵਾਸਤੇ ਸਾਰੇ ਜੋ ਨਵੀਂ ਇਮਾਰਤ ਬਣ ਰਹੀ ਆ ਉਸ ਦੀ ਪਰਿਕਰਮਾ ਕਰਨੀ ਹੈ ਨਾਲ ਸਾਰੀਆਂ ਸੰਗਤਾਂ ਨੇ ਸ਼ਬਦ ਬੋਲਣੇ ਹਨ ਕੋਈ 4-5 ਸ਼ਬਦ ਸੰਗਤੀ ਰੂਪ 'ਚ ਬੋਲੇ ਜਾਣੇ ਹਨ ਸਾਰੀਆਂ ਸੰਗਤਾਂ ਨੇ ਇਕੱਠੇ ਹੋ ਕੇ ਪਰਿਕਰਮਾ ਕਰਨੀ ਹੈ ਅਤੇ ਪਰਿਕਰਮਾ ਤੋਂ ਬਾਅਦ ਵਿੱਚ ਇਹ ਭਾਈ ਸਾਹਿਬ ਸਾਡੇ ਇਹਨਾਂ ਨਾਲ ਗੱਲਬਾਤ ਕਰਾਉਂਦੇ ਹਾਂ ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਇਹ ਨਗਰ ਕੀਰਤਨ ਵਿੱਚ ਮੈਂ ਵੇਖਿਆ ਨਾ ਉਹਨੂੰ ਟਰਾਲੀ ਦੀ ਸੇਵਾ ਕਰਦੇ ਹੁੰਦੇ ਆ ਸੇਵਾ ਸੇਵਾ ਮੇਰਾ ਜਸਮੀਤ ਸਿੰਘ ਚਾਲ ਸੇਵਾ ਬਹੁਤ ਵਧੀਆ ਉਪਰਾਲਾ ਇੱਥੋਂ ਦਾ ਡੇਲੀ ਆਉਂਦੇ ਲੋਕ ਗੁਰੂ ਨਾਲ ਚਰਨਾਂ ਨਾਲ ਜੁੜਦੇ ਆ ਅਤੇ ਇੱਦਾਂ ਸਗੋਂ ਵੱਧ ਤੋਂ ਵੱਧ ਸੰਗਤ ਨਾਲ ਜੁੜਦੀ ਆ ਗੁਰਦੁਆਰੇ ਲੋਕ ਆਉਂਦੇ ਆ ਚਲੋ ਮਹਾਨ ਤਾਂ ਗੁਰਦੁਆਰੇ ਵੱਧਦੀ ਆ ਬਾਕੀ ਚਲੋ ਬਹੁਤ ਵਧੀਆ ਜੀ ਅਤੇ ਮੈਂ ਤੁਹਾਨੂੰ ਵੇਖਿਆ ਨਗਰ ਕੀਰਤਨ ਵਿੱਚ ਤੁਸੀਂ ਨਾ ਟਰਾਲੀ ਨਾਲ ਸੇਵਾ ਕਰਦੇ ਮੇਰੇ ਸਾਹਮਣੇ ਨਾ ਉਹ ਦੱਸੋ ਹਰ ਸਾਲ ਕਰਦੇ ਹਾਂਜੀ ਹਰ ਸਾਲ ਜਾਈਦਾ ਇਹ ਸਾਡੇ ਸ਼ੁਰੂ ਤੋਂ ਪਰਿਵਾਰ ਤੁਰੇ ਆ ਪਾਪਾ ਜੀ ਪ੍ਰਧਾਨ ਰਹੇ ਗੁਰਦੁਆਰੇ ਦੇ ਬਾਅਦ 'ਚ ਪਾਪਾ ਹੋਣੀ ਇੱਦਾਂ ਸਿੱਖਦੇ ਰਹੇ ਇੱਦਾਂ ਚੱਲਦੇ ਰਹੇ ਨਾਲ ਚਲੋ ਠੀਕ ਆ ਜੀ ਮਾਈਕ ਜੋ ਸੰਗਤਾਂ ਮਾਈਕ ਆਪਣਾ ਸ਼ਬਦ ਬੋਲਣਗੀਆਂ ਉਹਨਾਂ ਨੂੰ ਮਾਈਕ ਦੇ ਕੇ ਅਤੇ ਨਾਲ ਆਪਾਂ ਸੁਣਾਂਗੇ ਵਾਹਿਗੁਰੂ 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 ਵਾਹਿਗੁਰੂ
Thank you.
ਹੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਪੱਲੇ ਅਮਰਦਾਸ ਛੋਟਾ ਜਿਹਾ ਛੋਟਾ ਜਿਹਾ ਬਿਸਰ ਨਾਹੀਂ ਦਾਤਾਰ ਬਿਸਰ ਨਾਹੀਂ ਦਾਤਾਰ ਵਾਹਿਗੁਰੂ ਬਿਸਰ ਨਾਹੀਂ ਦਾਤਾਰ ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਵਾਹਿਗੁਰੂ ਆਪਣਾ ਨਾਮ ਦਿਓ ਵਾਹਿਗੁਰੂ ਜੀ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਵਾਹਿਗੁਰੂ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਏਹੋ ਨਾਨਕ ਜਾਓ ਏਹੋ ਨਾਨਕ ਜਾਓ ਏਹੋ ਬਿਸਰ ਨਾਹੀਂ ਦਾਤਾਰ ਬਿਸਰ ਨਾਹੀਂ ਦਾਤਾਰ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਬਾਣੀ ਤੰਗਾਵੋ ਗੁਰੂ ਕੇਰੀ ਬਾਣੀ ਤੰਗਾਵੋ ਗੁਰੂ ਬਾਣੀ ਸਿਰ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਜਿਨ ਕੋ ਨਾਦਰ ਕਰਮ ਹੋਵੇ ਜਿਨ ਕੋ ਨਾਦਰ ਕਰਮ ਹੋਵੇ ਫਿਰ ਦੇ ਤਿਨਾ ਸਮਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚ ਬਾਣੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਪੀਵੋ ਅੰਮ੍ਰਿਤ ਸਦਾਰੋ ਹਰ ਰੰਗ ਪੀਵੋ ਅੰਮ੍ਰਿਤ ਸਦਾਰੋ ਹਰ ਰੰਗ ਪੀਵੋ ਅੰਮ੍ਰਿਤ ਸਦਾਰੋ ਹਰ ਰੰਗ ਪੀਓ
जपयो सारंग पानी आवो सिख सतगुरु के प्यारो गावो सच्ची बाणी आवो सिख सतगुरु के प्यारो सिख सतगुर 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 के प्यारो गावो सच्ची बाणी आवो सिख सतगुर के प्यारो गावो सच्ची बाणी आवो सिख सतगुर के प्यारो गावो सच्ची बाणी आवो सिख सतगुर के प्यारो गावो सच्ची बाणी कहे नानक सदा गावो कहे नानक सदा गावो कहे नानक सदा गावो कहे नानक सदा गावो सदा गावो सदा गावो सदा गावो कहे नानक सदा गावो कहे नानक सदा गावो सच्ची बाणी आवो सिख सतगुर के प्यारो 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 जिथे आप जी ने सिमरन किया है सतगुरु के अस्थान की सेवा भी की है। ये सिखी दे दो थामन सेवा ते सिमरन इस तरह किरत करो नाम जपो वंड के छको। आप जी अपने घर तो लंगर पका करके गुरद्वारा साहब विखे लिया हो फिर वंड के छकते हो। 1993 ये जथा श्री गुरु अर्जन देव सेवक जथा बनया सी। लगभग 28 साल हो गए हैं इस स्थान की सेवा हर एतवार आप जी की आके करते हो। और शब्द चौंकी तो बाद जो कथा विचार सी वह सेवक जत्था ही करता सी। उस तो बाद ये सेवा जो है गुरद्वारा साहब कमेटी वालों कथा वाचक कथा कर लग पे। हूँ फिर दोबारा तो यह प्रथा शुरू की सी 5-6 मिनटों वास्ते असी ये टाइम लेने हाँ। और जो गुरु तेग बहादुर साहब का 400 साल आगमन पूर्व सारा संसार मना रहा है उस संबंध में लड़ीवार शब्द विचार आप शुरू की हुई है। 9 शब्द गौड़ी राग दे असी विचार कर चुके हाँ। सिर्फ 5 मिनट आपां लैणे हन। एक ओंकार सतगुर प्रसाद राग आसा मल्ला नौवां इको एक शब्द गुरु तेग बहादुर साहब जी का आसा राग दे विच है। बिरथा कहो कौन सिओ मन की मैं इस मन की भैड़ी हाथ किस नूं दसां हरेक मनुख का यही हाल है। लोभ ग्रस्यो दसो दिस तावत आसा लाग्यो धन की रहाओ। लोभ विच फसिया होया ये मन दसी पासी दौड़दा रहिंदा है इसनों धन जोड़न की तिशना चंबड़ी रहिंदी है रहाओ। सुख कै हेत बहुत सुख पावत सेव करत जन जन की सुख हासिल करन वास्ते ये मन धिर धिर दी खुशामद करदा फिरदा है ते इस तरह सुख दे थां सगों दुख सहारदा है। द्वारे द्वार स्वाण सिंह डोलत नै सुध राम भजन की
कुत्ते वांग हरेक दे दर ते भटकदा फिरदा है। इस नूं परमात्मा दा भजन करन दी कदे सूझ ही नहीं पैंदी। मानस जन्म कारत खोवत लाजना लोक हसन की, लोभ विच फसिया होया ये जीव अपना मनुख जन्म व्यर्थ ही गवा लैंदा है। इस दे लालच दे कारण लोकां वल्लों हो रहे हासे मकौल भी इस नूं शर्म नहीं आउंदी। नानक हार जस क्यों नहीं गावत कुमत बिनासी तन की। नानक आखदा है कि हे जीव तू परमात्मा दी सिव सलाह क्यों नहीं करदा, सिव सलाह दे बरकत नाल ही तेरी ये खोटी मत दूर हो सकेगी। तो ये अज का शब्द विचार है। बोलद हुई गलती भुला चुकों की माफ़ी बख्शनी जी। अज का श्री सुखमनी साहब सेवा सुसायटी का समागम गुरद्वारा सिंह सभा विखे 9:30 to 12:30 बजे तक होएगा। आप जी ने उत्थे भी हाजरियां भर के लाहे प्राप्त करने हैं जी। वाहेगुरू जी का खालसा वाहेगुरू जी की फतेह। हर युग युग ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਮਕਾਰ ਏਕ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਨਿਰਭੋਗ ਨਿਰਵੈਰ ਨਿਰਵੈਰ ਕਾਲ ਮੂਰਤ ਅਕਾਲ ਮੂਰਤ ਜੁਨੀ ਸ਼ੈ ਭੰਗ ਅਜੁਨੀ ਸ਼ੈ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਚਰ ਆਦ ਸੱਚ ਜਗਾਸ਼ਰ ਜਗਾਦ ਸੱਚ ਹੈਬੀਸ਼ਰ ਹੈਬੀ ਸੱਚ ਨਾਨਕ ਹੋਸੀ ਪੀਸ਼ਰ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਮਕਾਰ ਏਕ ਓਮਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੁਨੀ ਸਹਿ ਭੰਗ ਅਜੁਨੀ ਸਹਿ ਭੰਗ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜਗਾਦ ਸੱਚ ਜਗਾਦ ਸੱਚ ਹੈਪੀ ਸੱਚ ਹੈਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਟਾਲ ਇੱਕ ਓਮਕਾਰ ਇੱਕ ਓਮਕਾਰ ਪੰਜ ਪਿਆਰੇ ਗਲੀ ਗਲੀ ਵਿੱਚ ਦਿੰਦੇ ਫਿਰਦੇ ਹੋਕਾ ਪੰਜ ਪਿਆਰੇ ਗਲੀ ਗਲੀ ਵਿੱਚ ਦਿੰਦੇ ਫਿਰਦੇ ਹੋਕਾ ਨਾਮ ਜਪੋ ਵੀਰਾ ਮਿਲਣਾ ਨੀ ਮੋਕਾ ਵਾਡਲ ਸ਼ੱਕਾ ਵੀਰਾ ਮਿਲਣਾ ਨੀ ਮੋਕਾ ਦਿਨੇ ਵੀ ਰੋਟੀ ਰਾਤ ਵੀ ਰੋਟੀ ਹਲ ਫਲ ਰੋਟੀ ਰੋਟੀ ਦਿਨੇ ਵੀ ਰੋਟੀ ਰਾਤ ਵੀ ਰੋਟੀ ਹਲ ਫਲ ਰੋਟੀ ਰੋਟੀ ਜੇ ਬੰਦਿਆ ਤੂੰ ਨਾ ਮਨ ਜਪਿਆ ਤੇਰੀ ਕਿਸਮਤ ਖੋਟੀ ਤੇਰੀ ਕਿਸਮਤ ਖੋਟੀ ਨਾਮ ਜਪੋ ਫਿਰ ਮਿਲਣਾ ਨੀ ਮੋਕਾ ਵੰਡ ਛਕੋ ਫਿਰ ਮਿਲਣਾ ਨੀ ਮੋਕਾ ਦਿਨੇ ਵੀ ਪਾਣੀ ਰਾਤ ਵੀ ਪਾਣੀ ਹਲ ਪਲ ਪਾਣੀ ਪਾਣੀ
ਦਿਨੇ ਵੇ ਪਾਣੀ ਰਾਤ ਵੇ ਪਾਣੀ ਹਲੇ ਫਲੇ ਪਾਣੀ ਪਾਣੀ ਜੇ ਬੰਦਿਆ ਤੂੰ ਨਾ ਮਨ ਜਪਿਆ ਤੇਰੀ ਕਥਮ ਕਹਾਣੀ ਤੇਰੀ ਕਥਮ ਕਹਾਣੀ ਨਾਮ ਜਪੋ ਫਿਰ ਮਿਲਣਾ ਨੀ ਮੋਕਾ ਵੰਜ ਸਕੋ ਫਿਰ ਮਿਲਣਾ ਨੀ ਮੋਕਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਹਮਰੀ ਕਰੋ ਹੱਥ ਦਰਸਾ ਤਵ ਚਰਨ ਮਨ ਰਹੇ ਹਮਾਰਾ ਹਮਰੇ ਦੁਸ਼ਟ ਸਭੇ ਤੁਮ ਕਾਵੋ ਸੁਖੀ ਬਸੇ ਮੋਰੋ ਪਰਵਾਰਾ ਮੋਰਸਾ ਨਿਜ ਕਰਦੈ ਕਰੀਐ ਪੂਰਨ ਹੋਏ ਹਮਾਰੀ ਆਸਾ ਤੁਮੇ ਸਾਡ ਕੋਈ ਅਵਰ ਨਾ ਧਿਆਉ ਸੇਵਕ ਸਿੱਖ ਹਮਾਰੇ ਤਾਰੀਐ ਆਪ ਹੱਥ ਦਾ ਮੁਝੇ ਉਭਰੀਐ ਹੋ ਜੋ ਸਦਾ ਹਮਾਰੇ ਪਸਾ ਰਾਖ ਲਿਓ ਮੋਏ ਰਾਖਣ ਹਾਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਜਮਨ ਕਾਲ ਜੋਗੀ ਸਿਵਕੀਓ ਜਮਨ ਕਾਲ ਸਭ ਲੋਕ ਸਵਾਰਾ ਜਮਨ ਕਾਲ ਸਭ ਜਗਤ ਬਨਾਇਓ ਆਦ ਅੰਤ ਏਕੈ ਅਵਤਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਕਟ ਕਟ ਕੇ ਅੰਤਰ ਕੀ ਜਾਣਤ ਚੀਟੀ ਤੇ ਕੁੰਚਰ ਅਸਥੂਲਾ ਸੰਤਨ ਦੁਖ ਪਾਏ ਤੇ ਦੁਖੀ ਏਕ ਏਕ ਕੀ ਪੀਰ ਪਸੰਨ ਜਬ ਉਦ ਕਰਖ ਕਰਾ ਕਰ ਤਾਰਾ ਜਬ ਆ ਕਰਖ ਕਰ ਤੂੰ ਕਬ ਹੂੰ ਜੇ ਤੇ ਬਦਨ ਸਿਰਡ ਸਭ ਧਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਨਿਰੰਕਾਰ ਨਿਰਭਕਾਰ ਨਿਰਲੰਬ ਤਾਂ ਕਾ ਮੂੜ ਉਚਾਰਤ ਭੇਦਾ ਤਾਂ ਕੋ ਕਰ ਪਾਹਨ ਅਨਮਾਨਤ ਮਹਾਦੇਵ ਕੋ ਕਹਿਤ ਸਦਾ ਸਿਵ ਆਪ ਆਪਣੇ ਬੁੱਧ ਹੈ ਜੇਤੀ ਤੁਮਰਾ ਲਖਾ ਨ ਜਾਏ ਪਸਾਰਾ ਏਕ ਰੂਪ ਅਨੂਪ ਸਰੂਪਾ ਅੰਡਜ ਜੇਰਜ ਸੇਤ ਜਕੀਨੀ ਕਹਾਂ ਫੂਲ ਰਾਜਾ ਹੈ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਅਬਰਸਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਜੇ ਅਸ ਤੂੰ ਤਵ ਸਰਨੀ ਪਰੇ ਪੁਰਖ ਜਮਨ ਪਗ ਪਰੇ ਤਿਹਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਰਸਾ ਹੋਏ ਤਾਹੇ ਸਭ ਕਾਲਾ
कृपा दृष्टन जाए नहर हो रिद सिद्ध कर्म सब होई एक बार जन तुम्हें सुबारा जन नर नाम तुहारो कहा खड़ग केत मैं शरण तिहारी आप हाथ दे लिहो उबारी सर्व ठौर मोह सहाई दुष्ट दोख ते लिहो बचाई सवैया पाए गए जब ते तुमरे तब ते को आख तरे नहीं राम रहीम पुराण कुरान अनेक कहे मत एक नमन सिमरत शास्त्र वेद सबे बहु भेद कहे श्री असपान कृपा तुमरी कर मैं न कहो सब तुहे बखाने दो सगल द्वार को साढ़ के गयो तुहारो द्वार बाए गए की लाज अस गोविंद दास तुहार द्वार को साढ़ के गयो तुहारो द्वार बाए गए की लाज अस गोविंद दास तुहार वाहे गुरु जी का खालसा वाहे गुरु जी की फतेह।